ਜਿਹੜਾ ਫਰੌਤੀ ਦਾ ਮਾਮਲਾ ਸਾਹਮਣੇ ਆਇਆ ਸੀ ਉਹਨਾਂ 'ਚ ਜਿਹੜੇ ਚਾਰੇ ਜਿਹੜੇ ਅਕਿਊਜ਼ ਸੀਗੇ ਉਹ ਅਰੈਸਟ ਕਰ ਲਏ ਗਏ ਨੇ। ਇੱਕ ਅਕਿਊਜ਼ ਜਿਹੜਾ ਮੇਨ ਹੈ ਉਹ ਬੂਟਾ ਸਿੰਘ ਸੋਥੇ ਦਾ ਪਿੰਡ ਦਾ ਥਾਣਾ ਪੁਲਿਸ ਸਟੇਸ਼ਨ ਸਦਰ ਮੁਕਤਸਰ ਦਾ। ਉਸਨੇ ਜਿਹੜੇ ਬਾਕੀ ਦੋ ਅਕਿਊਜ਼ ਨੇ ਉਹ ਫਿਰੋਜ਼ਪੁਰ ਡਿਸਟ੍ਰਿਕਟ ਦੇ ਨਾਲ ਪਿੰਡ ਹੈ, ਉੱਥੇ ਪਿੰਡ ਗਿੱਲ ਹੈ, ਉੱਥੋਂ ਦੇ ਰਹਿਣ ਵਾਲੇ ਨੇ, ਉਹਨਾਂ ਨਾਲ ਸਲਾਹ ਕੀਤੀ, ਇਹਨੇ ਰੈਕੀ ਕਰਕੇ ਦਿੱਤੀ। ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਇੱਕ ਦੁਬਈ ਇਹਨਾਂ ਦੇ ਨਾਲ ਦਾ ਇੱਕ ਦੋਸਤ ਹੈਗਾ ਕਾਲਾ, ਉਹਦੇ ਨਾਲ ਸਲਾਹ ਕੀਤੀ ਅਤੇ ਉਹਨੇ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਫਿਰੌਤੀ ਦੇ ਬਾਰੇ। ਇਹ ਮੇਨ ਜਿਹੜਾ ਹੈਗਾ ਇੱਕ ਗੈਂਗ ਹੈ ਜਿਹੜਾ ਕਿ ਫਿਰੌਤੀਆਂ ਕਰਦਾ, ਔਰ ਇਹ ਚਾਰੋਂ ਜਿਹੜੇ ਤਿੰਨੋਂ ਜਿਹੜੇ ਇੱਥੋਂ ਦੇ ਜਿਹੜੇ ਹੈਗੇ ਨੇ ਅਕਿਊਜ਼ ਉਹ ਅਰੈਸਟ ਕਰ ਲਏ ਗਏ ਨੇ। ਬਾਕੀ ਜਿਹੜੀ ਪੁੱਛ ਗਿੱਛ ਹੈ ਉਹ ਚੱਲਦੀ ਪਈ ਆ ਕਿ ਨਾਲ ਹੋਰ ਕਿਹੜੇ ਕਿਹੜੇ ਨਾਲ ਇਹਨਾਂ ਦੇ ਨਾਲ ਇਨਵੋਲਵ। ਪਹਿਲੇ ਹਜੇ ਤੱਕ ਤਾਂ ਮਾਮਲਾ ਜਿਹੜਾ ਪੁੱਛ ਗਿੱਛ ਵਿੱਚ ਸਾਹਮਣੇ ਨਹੀਂ ਦਰਜ ਸਾਹਮਣੇ ਆਇਆ ਵੀ ਇਹਨਾਂ ਦੇ ਕਿਹੜੇ ਕਿਹੜੇ ਦਰਜ ਨੇ, ਬਟ ਜਿਹੜੀ ਹੁਣ ਅੱਗੇ ਜਿਹੜੀ ਪੁੱਛ ਗਿੱਛ ਹੋਏਗੀ ਤਾਂ ਹੋਰ ਵੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਲੀਅਰ ਹੋਏ। ਸਰ ਕੋਈ ਜਾਣਦੇ ਸੀ ਇਹ ਪਹਿਲਾਂ ਮੈਮ ਨੂੰ ਜਾਂ ਕਿਸ ਤਰ੍ਹਾਂ ਰੈਕੀ ਹੋਈ ਕੋਈ? ਜਿਹੜਾ ਬੂਟਾ ਸਿੰਘ ਹੈ ਉਹ ਸੋਥੇ ਪਿੰਡ ਵਾਲਾ, ਉਹਦੇ ਬੱਚਿਆਂ ਦੀ ਡਿਲੀਵਰੀ ਹੈਗੀ ਉਹ ਇਸੇ ਹੋਸਪਿਟਲ 'ਚ ਹੋਈ ਸੀ, ਇਸ ਲਈ ਇਹਨੂੰ ਉਹਨਾਂ ਦੇ ਹੋਸਪਿਟਲ ਦੇ ਬਾਰੇ ਮੈਡਮ ਦੇ ਬਾਰੇ ਡਾਕਟਰ ਬਾਰੇ ਪਤਾ ਸੀ ਇਹਨੂੰ, ਤਾਂ ਇਹ ਫਿਰ ਉਸ ਤੋਂ ਬਾਅਦ ਇਹਨੇ ਉਹਦੀ ਰੈਕੀ ਕੀਤੀ ਕਿ ਮਤਲਬ ਬੱਚੇ ਕਿੱਥੇ, ਮਤਲਬ ਹੋਰ ਡਿਟੇਲ ਰੈਕੀ ਕੀਤੀ, ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਾਲਾਂ ਸ਼ੁਰੂ ਕਰ ਲਈਆਂ। ਸਾਡੇ ਕੋਲ ਇਸੇ 'ਚ ਅਰੈਸਟ, ਬਟ ਜਿਹੜੀ ਹੁਣ ਅਸੀਂ ਹੋਰ ਪੁੱਛਗਿੱਛ ਕੀਤੀ ਜਾਏਗੀ ਤਾਂ ਸਾਹਮਣੇ ਹੋਰ ਚੀਜ਼ ਸਾਹਮਣੇ ਆਉਣਗੀ। ਆਪਸੀ ਜਾਣ ਪਛਾਣ ਤਿੰਨਾਂ ਦੀ? ਤਿੰਨਾਂ ਦੀ ਆਪਸ ਵਿੱਚ ਜਾਣ ਪਹਿਚਾਣ ਸੀਗੀ। ਕਿੰਨੇ ਜਣੇ ਅਰੈਸਟ ਕੀਤੇ? ਕਿੰਨੇ ਬਾਕੀ? ਤਿੰਨ ਜਣੇ ਅਰੈਸਟ ਕੀਤੇ ਹੋਏ ਨੇ, ਇੱਕ ਜਿਹੜਾ ਮੇਨ ਹੋਰ ਆ ਜਿਹੜਾ ਕਾਲਸ ਕਰ ਰਿਹਾ ਦੁਬਈ ਤੋਂ ਕਾਲਾ, ਉਹ ਅਜੇ ਮਤਲਬ ਦੁਬਈ ਆ ਅਤੇ ਉਹਦਾ ਜਿਹੜਾ ਹੈਗਾ ਅਰੈਸਟ ਕਰਨ ਲਈ ਜਿਹੜਾ ਉਹ ਨਵਾਂ ਜਿਹੜਾ ਪ੍ਰੋਸੈਸ ਹੈਗਾ ਉਹ ਸ਼ੁਰੂ ਕੀਤਾ ਜਾਏਗਾ। ਬਾਕੀ ਇਹਨਾਂ ਦੀ ਜਿਹੜੀ ਪੁੱਛਗਿੱਛ ਹੋਰ ਕੀਤੀ ਜਾਏਗੀ, ਜਿਹੜੇ ਨਾਲ ਇਹਨਾਂ ਦੇ ਕੋਈ ਹੋਰ ਵੀ ਇਹਨਾਂ ਦੇ ਨਾਲ ਮੈਂਬਰ ਨੇ ਇਹਨਾਂ ਦੇ ਕੋਈ, ਉਹਨਾਂ ਨੂੰ ਜਿਹੜੀ ਹੈਗੀ ਆ ਉਹ ਸਾਹਮਣੇ ਆਉਣਗੇ ਕੌਣ ਕੌਣ ਮੈਂਬਰ ਦੇ। ਕੀ ਕਾਰੋਬਾਰ ਕੀ ਹੈਗੇ ਇਹਨਾਂ ਦੇ ਕੋਈ ਪਤਾ ਲੱਗਿਆ? ਕਾਰੋਬਾਰ ਜਿਹੜੇ ਹੈਗੇ ਆ ਕੋਈ ਕਾਰ ਸੇਲ ਪਰਚੇਜ ਕਾਰ, ਕਾਰਾਂ ਦਾ ਜਿਹੜਾ ਬੂਟਾ ਹੈਗਾ ਉਹ ਕਾਰਾਂ ਦੀ ਸੇਲ ਪਰਚੇਜ ਦਾ ਕੰਮ ਕਰਦਾ, ਜਿਹੜੇ ਦੂਸਰਾ ਹੈ ਇੱਕ ਹੈਗਾ ਗੁਰਪ੍ਰੀਤ ਨਾਲ ਇਹਨਾਂ ਦੇ, ਉਹ ਸ਼ਾਇਦ ਖਰਾਦਾਂ ਦਾ ਕੰਮ ਕਰਦਾ, ਨਾਲ ਉਹ ਕਾਰਾਂ ਦੀ ਸੇਲ ਪਰਚੇਜ ਦਾ ਵੀ ਕੰਮ ਕਰਦਾ, ਤਾਂ ਇਹ ਆਪਸ ਵਿੱਚ ਕਨੈਕਟਡ ਨੇ ਗਿੱਲ ਪਿੰਡ ਦੇ। ਸਰ ਕੋਈ ਐਕਚੁਲੀ ਕੀ ਹੈਗਾ ਤੁਹਾਡੇ ਆਉਣ ਤੋਂ ਪਹਿਲਾਂ ਵੀ ਇਹ ਹੋਇਆ ਕਿ ਕਾਫੀ ਚਰਚਾਵਾਂ ਸੀਗੇ ਬਹੁਤ ਜਣਿਆਂ ਤੋਂ ਪ੍ਰੋਪਰਟੀਆਂ ਬਣੀ, ਕੋਈ ਪੁਲਿਸ ਵੱਲੋਂ ਅਪੀਲ ਜਿਹੜੇ ਲੋਕਾਂ ਨਾਲ ਕੁਛ ਇਹੋ ਜਿਹਾ ਹੁੰਦਾ ਉਹ ਕੀ ਕਹਿਣਾ ਚਾਹੂੰਗੇ ਉਹਨਾਂ ਨੂੰ? ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਜੇ ਕਿਸੇ ਨੂੰ ਵੀ ਇਹੋ ਜਿਹੀ ਥਰੈਟਨਿੰਗ ਕਾਲ ਆਉਂਦੀ ਆ ਜਾਂ ਐਕਸਟੋਰਸ਼ਨ ਲਈ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਨੂੰ ਇਮੀਡੀਏਟਲੀ ਜਿਹੜੀ ਆ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਜੇ ਰਿਪੋਰਟ ਨਹੀਂ ਕਰਾਂਗੇ ਤਾਂ ਜਿਹੜੇ ਇਹੋ ਜਿਹੇ ਮਾੜੇ ਅੰਸਰ ਨੇ ਉਹਨਾਂ ਦੇ ਜਿਹੜੇ ਹੌਸਲੇ ਨਾ ਵਧੀ ਜਾਣਗੇ, ਅਤੇ ਜਿੰਨੇ ਵੀ ਜੇ ਸਾਡੇ ਕੋਲ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਾਡੇ ਕੋਲ ਕੇਸ ਆਉਂਦਾ ਵਾ ਤਾਂ ਸਾਡਾ ਕੰਮ ਆ ਟਰੇਸ ਕਰਨਾ ਅਤੇ ਉਹਨਾਂ ਨੂੰ ਸਜ਼ਾ ਦਿਵਾਉਣੀ। ਅਤੇ ਇਹਦੇ ਨਾਲ ਹੈ ਮੈਂ ਤਾਂ ਜਿਹੜੇ ਇਹਨਾਂ ਨੇ ਸਾਨੂੰ ਦੱਸਿਆ ਡਾਕਟਰ ਸਾਹਿਬ ਨੇ, ਮੈਂ ਉਹਦੀ ਵੀ ਇਸ ਵੱਲੋਂ ਤਾਰੀਫ ਕਰਨਾ ਚਾਹਾਂਗਾ ਕਿ ਸਾਡੇ ਨੋਟਿਸ ਲਿਆਂਦਾ ਅਤੇ ਅਸੀਂ ਜਿਹੜਾ ਹੈਗਾ ਇਮੀਡੀਏਟਲੀ ਜਿਹੜਾ ਹੈਗਾ ਉਹ 'ਤੇ ਐਕਸ਼ਨ ਸ਼ੁਰੂ ਕਰ। ਡਾਕਟਰ ਸਾਹਿਬ ਜਿਹੜੇ ਹੈਗੇ ਨੇ ਉਹ ਇੱਥੇ ਹੋਸਪਿਟਲ ਦਾ ਚਾਰ ਨੰਬਰ ਨਾਮ ਕੀ ਹੋਸਪਿਟਲ ਦਾ ਪਰਮਜੀਤ ਜਿਹੜੇ ਹੈਗੇ ਆ ਡਾਕਟਰ ਸਾਹਿਬ ਜਿਹੜੇ ਪਰਮਜੀਤ ਕੌਰ ਨੇ।